ਇਹ ਰਜਿੰਦਰ ਸਿੰਘ ਸੈਣੀ ਨੇ। ਇਹਨਾਂ ਵਿੱਚ ਸੇਵਾ ਦਾ ਜਜ਼ਬਾ ਅਜਿਹਾ ਹੈ ਕਿ ਬੋਲਣ ਵਿੱਚ ਦਿੱਕਤ ਹੋਣ ਦੇ ਬਾਵਜੂਦ ਵੀ ਆਪਣੇ ਦੋ ਪਹੀਆ ਵਾਹਨ ਨੂੰ ਐਂਬੂਲੈਂਸ ਦੇ ਰੂਪ ਵਿੱਚ ਢਾਲ ਕੇ ਹੋਲੇ ਮਹੱਲੇ ਮੌਕੇ ਇੱਕ ਵਾਰ ਫਿਰ ਮੁਫ਼ਤ ਵਿੱਚ ਸੇਵਾ ਦੇਣ ਲਈ ਤਿਆਰ ਨੇ। ਜਿੱਥੇ ਇੱਕ ਪਾਸੇ ਸ਼ਰਧਾਲੂ ਹੋਲੇ ਮਹੱਲੇ ਵਿੱਚ ਸ਼ਿਰਕਤ ਕਰਨ ਲਈ ਤਿਆਰੀ ਕਰ ਰਹੇ ਨੇ, ਤਾਂ ਇੱਧਰ ਰਜਿੰਦਰ ਵੀ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਬਰ ਤਿਆਰ ਨੇ। ਸ਼੍ਰੀ ਅਨੰਦਪੁਰ ਸਾਹਿਬ ਦੇ ਹੀ ਰਹਿਣ ਵਾਲੇ ਰਜਿੰਦਰ ਸਿੰਘ ਲੰਘੇ 5 ਸਾਲਾਂ ਤੋਂ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਨੇ। ਰਜਿੰਦਰ ਅਨੰਦਪੁਰ ਸਾਹਿਬ ਦੇ ਹੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ। ਮੈਂ ਰਜਿੰਦਰ ਸਿੰਘ ਸੈਣੀ, ਮੈਂ ਸ਼੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹੋਸਪੀਟਲ ਵਿੱਚ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ ਅਤੇ ਡਾਕਟਰ ਵਜੋਂ ਹੀ ਕੰਮ ਕਰ ਰਿਹਾ। ਮੈਂ ਇਹ 2 ਵਜੇ ਬਾਹਰ ਮੈਂ ਡਾਕਟਰ ਵਾਲੇ ਹੀ ਰਿਕਵੈਸਟ ਕੀਤਾ ਸੀਗਾ ਵੀ ਮੈਂ ਵੀ ਅਤੇ ਲੋਕਾਂ ਦੀ ਸੇਵਾ ਕਰਾਂ। ਮੈਂ ਲੋਕਾਂ ਦੀ ਸੇਵਾ ਪਿਛਲੇ 5 ਸਾਲਾਂ ਤੋਂ ਐਕਟਿਵਾ 'ਤੇ ਸੇਵਾ ਕਰ ਰਿਹਾ ਹਾਂ ਅਤੇ ਇਸ ਵਾਰ ਹੋਲੇ 'ਤੇ ਵੀ ਮੈਂ ਪਿਛਲੇ ਸਾਲ ਵੀ ਹੋਲੇ 'ਤੇ ਫਰੀ ਸੇਵਾ ਕੀਤੀ ਸੀਗੀ। ਇਸ ਵਾਰ ਵੀ ਅਗਰ ਹੋਲੇ 'ਤੇ ਕੋਈ ਵੀ ਇਹੋ ਜਿਹਾ ਕੋਈ ਕੇਸ ਹੋਊਗਾ ਤਾਂ ਮੈਂ ਫਰੀ ਓ ਕੋਸਟ ਸਭ ਕੁਛ ਫਰੀ ਸੇਵਾ ਕਰਾਂਗਾ। ਰਜਿੰਦਰ ਮੁਤਾਬਕ ਇਸ ਕੰਮ ਲਈ ਉਹਨਾਂ ਨੂੰ ਸਰਜਨ ਡਾਕਟਰ ਕੰਗ ਵੱਲੋਂ ਹੱਲਾਸ਼ੇਰੀ ਮਿਲੀ ਹੈ। ਡਾਕਟਰ ਕੰਗ ਦੱਸਦੇ ਨੇ ਕਿ ਭਾਵੇਂ ਰਜਿੰਦਰ ਦੇ ਬੋਲ ਸਾਫ਼ ਨਹੀਂ ਹਨ, ਪਰ ਜਿਸ ਸ਼ਿੱਦਤ ਨਾਲ ਮਾਨਵਤਾ ਦੀ ਸੇਵਾ ਵਿੱਚ ਉਹ ਰੁੱਝੇ ਨੇ, ਇਹ ਇੱਕ ਮਿਸਾਲ ਹੈ। ਇਸ ਇਨਸਾਨ ਨੇ ਆਪਣੀ ਹੁਨਰ ਨੂੰ ਆਪਣੇ ਆਪ ਨੂੰ ਇਸ ਡੈਡੀਕੇਸ਼ਨ ਨਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਕਿ ਅੱਜ ਇਹ ਆਪਣਾ ਉਹ ਸਾਰੀਆਂ ਕਮੀਆਂ ਪੇਸ਼ੀਆਂ ਫਿਜੀਕਲ ਡਿਸੇਬਿਲਿਟੀ ਨੂੰ ਸੁਪਰਸੀਡ ਕਰਕੇ ਆਪਣੀ ਮਾਨਵਤਾ ਦੀ ਸੇਵਾ ਕਰ ਰਿਹਾ ਕਿ ਜਿੰਨੇ ਲੋਕਾਂ ਨੂੰ ਟੱਚ ਕੀਤਾ, ਜਿੰਨੇ ਲੋਕਾਂ ਦੇ ਘਰ ਜਾ ਰਿਹਾ, ਜਿਹੜੇ ਐਕਸੀਡੈਂਟ ਸਾਈਟ 'ਤੇ ਲੋਕਾਂ ਨੇ ਜਾਣਾ ਚਾਹੀਦਾ, ਸਾਰੇ ਲੋਕ ਇਸ ਦਾ ਸ਼ੁਕਰ ਗੁਜ਼ਾਰ ਹੋ ਰਹੇ ਹੈ। ਔਰ ਮੈਂ ਵੀ ਇਹਦੇ ਡ੍ਰੀਮਸ ਤੋਂ, ਇਹਦੀ ਡੈਡੀਕੇਸ਼ਨ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੈ ਕਿ ਮੈਨੂੰ ਮਾਣ ਹੈ ਕਿ ਮੇਰੇ ਐਸੇ ਸ਼ਖਸ ਜਿਹੜੇ ਕਿ ਜਿਨ੍ਹਾਂ ਦੀ ਲੋੜ ਹੈ ਸਖਤ ਹੈਲਥ ਡਿਪਾਰਟਮੈਂਟ ਨੂੰ, ਹੈਲਥ ਮਹਿਕਮੇ ਨੂੰ ਅਤੇ ਸਾਡੇ ਹੋਸਪਿਟਲ ਨੂੰ, ਉਹ ਐਸੇ ਇਨਸਾਨ ਸਾਡੀ ਟੀਮ ਵਿੱਚ ਸ਼ਾਮਿਲ ਹਨ। 2-ਵੀਲਰ ਦਾ ਬਹੁਤ ਵੱਡਾ ਰੋਲ ਹੈ ਕਿ ਤੁਸੀਂ ਕੁਇਕ ਸਰਵਿਸ ਇਨ ਬਿਟਵੀਨ ਥੋੜ੍ਹੀ ਜਿਹੀ ਜਗ੍ਹਾ ਤੋਂ ਤੁਸੀਂ ਆਪਣਾ ਉੱਥੇ ਪਹੁੰਚਾ ਕੇ ਸਿੱਕ ਪੇਸ਼ੈਂਟ ਨੂੰ, ਸੀਰੀਅਸ ਪੇਸ਼ੈਂਟ ਨੂੰ ਤੁਸੀਂ ਫਸਟ ਏਡ ਦੇ ਕੇ ਤੁਸੀਂ ਉਹਨੂੰ ਹਸਪਤਾਲ ਅੱਗੇ ਲਿਫਟ ਕਰਨ ਤੱਕ, ਜਾਂ ਜਦੋਂ ਐਂਬੂਲੈਂਸ ਮੇਨ ਨਹੀਂ ਪਹੁੰਚਦੀ ਤਦ ਤੱਕ ਉਹਨੂੰ ਤੁਸੀਂ ਫਸਟ ਏਡ ਪ੍ਰੋਪਰ ਦੇ ਕੇ ਉਹਨੂੰ ਤੁਸੀਂ ਰਿਵਾਈਵ ਕਰ ਸਕਦੇ ਹੋ, ਸਰਵਾਈਵ ਕਰ ਸਕਦੇ। ਦਰਅਸਲ ਇਸ 2-ਪਹੀਆ ਵਾਹਨ ਰੂਪੀ ਐਂਬੂਲੈਂਸ ਰਾਹੀਂ ਸੇਵਾਵਾਂ ਦੇਣ ਦਾ ਮਕਸਦ ਹੋਲੇ ਮੁਹੱਲੇ ਮੌਕੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਭੀੜ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਵੇਲੇ ਤੁਰੰਤ ਸਹਾਇਤਾ ਦੇਣਾ ਹੈ।